ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ। ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ 'ਤੇ। ਪਾਪ ਕਰਨ ਨਾਲੋਂ ਵੀ ਮਾੜਾ ਹੈ ਕੀਤੇ ਹੋਏ ਪੁੰਨ ਦਾ ਹੰਕਾਰ ਕਰਨਾ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ 'ਤੇ। ਪੰਜਾਬ 'ਚ ਮੁੜ ਬਦਲਿਆ ਮੌਸਮ, ਅੱਜ ਅਤੇ ਕੱਲ੍ਹ ਪਵੇਗਾ ਭਾਰੀ ਮੀਂਹ। ਮੌਸਮ ਵਿਭਾਗ ਨੇ ਜ਼ੈਲੋ ਅਲਰਟ ਕੀਤਾ ਜਾਰੀ। ਸ਼ੰਭੂ ਬਾਰਡਰ ਦੇ ਤਰਨ ਤਾਰਨ ਦੇ ਕਿਸਾਨ ਦੀ ਹੋਈ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ। ਕੁਛ ਦਿਨ ਪਹਿਲਾਂ ਹੀ ਅੰਦੋਲਨ 'ਚ ਹੋਇਆ ਸੀ ਸ਼ਾਮਲ। ਹਰਿਆਣਾ ਦੇ ਨੂੰਹ 'ਚ ਇੰਟਰਨੈਟ ਰਹੇਗਾ ਬੰਦ, ਅੱਜ ਸ਼ਾਮ 6 ਵਜੇ ਤੱਕ ਸੇਵਾਵਾਂ ਰਹਿਣਗੀਆਂ ਠੱਪ। ਜਲ ਅਭਿਸ਼ੇਕ ਯਾਤਰਾ ਨੂੰ ਲੈ ਕੇ ਕੀਤਾ ਫੈਸਲਾ। ਪਿਛਲੇ ਸਾਲ ਹੋਈ ਸੀ ਹਿੰਸਾ, 7 ਲੋਕਾਂ ਦੀ ਗਈ ਸੀ ਜਾਨ। ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੱਲ੍ਹ ਕਰਨਗੇ ਬਜਟ ਪੇਸ਼। ਭਾਰਤ 'ਚ ਨਵੇਂ ਵਾਇਰਸ ਦੀ ਹੋਈ ਐਂਟਰੀ, ਨਿਪਾਹ ਵਾਇਰਸ ਨੇ ਕੇਰਲ ਦੇ 14 ਸਾਲਾਂ ਬੱਚੇ ਦੀ ਲਈ ਜਾਨ। ਨਾਬਾਲਗਾਂ ਲਈ ਪੰਜਾਬ ਪੁਲਿਸ ਦੇ ਸਖ਼ਤ ਨਿਰਦੇਸ਼, ਜੇ ਡਰਾਈਵਿੰਗ ਕਰਦੇ ਫੜੇ ਗਏ ਤਾਂ ਮਾਪਿਆਂ 'ਤੇ ਹੋਵੇਗੀ ਕਾਰਵਾਈ। ਮਾਪਿਆਂ ਨੂੰ ਹੋ ਸਕਦੀ 3 ਸਾਲ ਦੀ ਕੈਦ ਅਤੇ ₹25,000 ਜੁਰਮਾਨਾ। ਕਿਸੇ ਪਾਸੋਂ ਮੰਗ ਕੇ ਕੋਈ ਵਾਹਨ ਚਲਾਇਆ ਤਾਂ ਉਸਦੇ ਮਾਲਕ 'ਤੇ ਹੋਵੇਗੀ ਕਾਰਵਾਈ। 1 ਅਗਸਤ ਤੋਂ ਨਿਰਦੇਸ਼ ਹੋਣਗੇ ਲਾਗੂ। ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਦੀ ਵਧੀ ਹਿਰਾਸਤ। 2 ਦਿਨ ਦਾ ਰਿਮਾਂਡ ਮੁੱਕਣ 'ਤੇ ਕੱਲ੍ਹ ਅਦਾਲਤ 'ਚ ਕੀਤਾ ਸੀ ਪੇਸ਼। ਅਦਾਲਤ ਨੇ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ ਭੇਜਿਆ। ਹੁਣ 23 ਜੁਲਾਈ ਨੂੰ ਜ਼ਮਾਨਤ ਪਟੀਸ਼ਨ 'ਤੇ ਹੋਵੇਗੀ ਸੁਣਵਾਈ। ਨਗਰ ਨਿਗਮ ਚੋਣਾਂ ਨਾ ਕਰਵਾਉਣ ਦਾ ਮਾਮਲਾ ਪੁੱਜਿਆ ਹਾਈਕੋਰਟ। 1.5 ਸਾਲ ਪਹਿਲਾਂ ਕਾਰਜਕਾਲ ਹੋ ਚੁੱਕਾ ਹੈ ਪੂਰਾ, ਤਾਂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਦੇ ਕੱਸਿਆ ਤੰਜ, ਕਿਹਾ ਸਮੇਂ ਸਿਰ ਚੋਣਾਂ ਕਰਵਾਉਣ ਦੀ ਬਜਾਏ ਹਰਿਆਣਾ 'ਚ ਹਨ ਐਕਟਿਵ। ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੀ ਪਤਨੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ। ਹਮਲੇ ਦੀ ਜਾਂਚ NIA ਤੋਂ ਕਰਵਾਉਣ ਦੀ ਕੀਤੀ ਮੰਗ। ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਦਿੱਲੀ ਦੇ LG ਦੇ ਵੱਡਾ ਇਲਜ਼ਾਮ, ਭਾਜਪਾ ਨਾਲ ਮਿਲ ਕੇ ਕੇਜਰੀਵਾਲ ਨੂੰ ਮਾਰਨ ਦੀ ਰਚ ਰਹੇ ਸਾਜ਼ਿਸ਼। ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ 'ਚ ਰੱਖਣ ਦਾ ਲਗਾਇਆ ਆਰੋਪ। ਹਰਿਆਣਾ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ। ਚੰਡੀਗੜ੍ਹ ਦੇ ਹਰਿਆਣਾ ਭਵਨ 'ਚ ਹੋਈ ਵਿਚਾਰ ਚਰਚਾ, ਤਾਂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ 'ਤੇ ਕੱਸਿਆ ਤੰਜ, ਕਿਹਾ ਸਾਜ਼ਿਸ਼ ਤਹਿਤ ਕਿਸਾਨਾਂ ਨਾਲ ਕੀਤੀ ਮੀਟਿੰਗ। MSP ਸਮੇਤ 12 ਮੰਗਾਂ ਕਰੋ ਪੂਰੀਆਂ, ਨਹੀਂ ਤਾਂ ਸੰਘਰਸ਼ ਰਹੇਗਾ ਜਾਰੀ। ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ 'ਚ ਕੀਤੀ ਸ਼ਿਰਕਤ। ਕਿਸਾਨਾਂ ਦੇ ਜਾਂਚ ਏਜੰਸੀਆਂ ਦਾ ਚੁੱਕਿਆ ਮੁੱਦਾ। SOIL ਦੇ ਮੁੱਦੇ 'ਤੇ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ, ਕਿਹਾ ਦੂਜੇ ਰਾਜਾਂ 'ਚ ਜਾ ਕੇ ਖੇਡ ਰਹੇ ਨੇ ਦੋਗਲੀ ਨੀਤੀ। ਫਾਜ਼ਿਲਕਾ 'ਚ ਪਤੀ ਨੇ ਪਤਨੀ ਦਾ ਕੀਤਾ ਕਤਲ। ਖੇਤ 'ਚ ਕੰਮ ਕਰਦੇ ਸਮੇਂ ਕੁਹਾੜੀ ਨਾਲ ਕੀਤਾ ਹਮਲਾ, ਪਤਨੀ ਦੇ ਚਰਿੱਤਰ 'ਤੇ ਕਰਦਾ ਸੀ ਸ਼ੱਕ। ਚੰਡੀਗੜ੍ਹ ਦੀ ਵਿਸ਼ੇਸ਼ NIA ਅਦਾਲਤ 'ਚ ਗੋਲਡੀ ਬਰਾੜ ਸਮੇਤ 10 ਖਿਲਾਫ਼ ਚਾਰਜਸ਼ੀਟ ਦਾਇਰ। 6 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਕਾਰੋਬਾਰੀ ਕੁਲਦੀਪ ਮੱਕੜ ਦੇ ਘਰ ਕੀਤੀ ਸੀ ਫਾਇਰਿੰਗ, NIA ਨੇ ਦੱਸਿਆ ਮੁੱਖ ਸਾਜ਼ਿਸ਼ਕਰਤਾ। ਸ਼ੰਭੂ ਬਾਰਡਰ ਖੋਲ੍ਹਣ ਦੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ। ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਦਿੱਤੀ ਸੀ ਚੁਣੌਤੀ। ਮੌਨਸੂਨ ਸੈਸ਼ਨ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ, 44 ਪਾਰਟੀਆਂ ਨੇ ਲਿਆ ਹਿੱਸਾ।
ਤਾਂ ਕਾਂਗਰਸ ਨੇ ਮੰਗਿਆ ਡਿਪਟੀ ਸਪੀਕਰ ਦਾ ਅਹੁਦਾ। ਜੰਮੂ ਕਸ਼ਮੀਰ 'ਚ ਹੋਈਆਂ ਅੱਤਵਾਦੀ ਘਟਨਾਵਾਂ 'ਤੇ ਫੌਜ ਨੇ ਕੀਤੀ ਉੱਚ ਪੱਧਰੀ ਮੀਟਿੰਗ, ਸਾਰੀਆਂ ਏਜੰਸੀਆਂ ਦੇ ਅਧਿਕਾਰੀ ਹੋਏ ਸ਼ਾਮਲ। ਕੋਲਕਾਤਾ 'ਚ TMC ਦੀ ਸ਼ਹੀਦੀ ਦਿਵਸ ਰੈਲੀ, ਅਖਿਲੇਸ਼ ਨੇ ਕਿਹਾ ਦਿੱਲੀ ਸਰਕਾਰ ਜਲਦੀ ਡਿੱਗੇਗੀ, ਮਮਤਾ ਨੇ ਵੀ ਇਸ ਬਿਆਨ ਨਾਲ ਭਰੀ ਹਾਮੀ। ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਵਧਾਉਣ ਦੇ ਫੈਸਲੇ ਨੂੰ ਪਲਟਿਆ, ਰਾਖਵੇਂਕਰਨ ਦੀ ਸੀਮਾ 56% ਤੋਂ ਘਟਾ ਕੇ 7% ਕੀਤੀ। ਹਿੰਸਾ ਦੌਰਾਨ ਹੋਈਆਂ ਸੀ 115 ਮੌਤਾਂ। ਅੱਜ ਦੀਆਂ ਹੈਡਲਾਈਨਸ 'ਚ ਬਸ ਇੰਨਾ ਹੀ, ਮੈਨੂੰ ਦਿਓ ਆਗਿਆ, ਧੰਨਵਾਦ।